ਦੂਸਰੇ ਮਜ਼ੇ ਵੀ ਦੇਖਿਆ ਮੈਂ ਅਕਸਰ ਬਣੀਆਂ ਵੀਡੀਓ ਜੀ ਦੇਖਣਾ ਕਿ ਉਹ ਵੀ ਇਫਤਾਰੀ ਕਰਵਾਉਂਦੇ ਨੇ ਮੁਸਲਮ ਲੋਗਾਂ ਦੀ ਆਪਣੀ ਇਫਤਾਰੀ ਸ਼ੇਅਰ ਕਰਕੇ ਦੇਖੋ ਇਨਸ਼ਾ ਅੱਲਾਹ ਤੁਹਾਡੇ ਦਿਲ ਨੂੰ ਸਕੂਨ ਮਿਲੇਗਾ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਕਰੋ ਆਪਣੇ ਦੋਸਤਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਹੋ ਸਕਦਾ ਕਿ ਕਿਸੇ ਟਾਈਮ ਕਿਸੇ ਦੇ ਜ਼ਿਹਨ ਚ ਨਹੀਂ ਗੱਲਾਂ ਦੀ ਕੋਈ ਵੀਡੀਓ ਦੇਖ ਕੇ ਜ਼ਿਹਨ ਚ ਗੱਲ ਆ ਜਾਂਦੀ ਹੈ ਨਾ ਕਿ ਆ ਕਰਨਾ ਹੈ ਜਵਾਨੀਅਤ ਰਮਜ਼ਾਨ ਕੋ ਆਪਨੇ ਆਪਣਾ ਫੂਡ ਸ਼ੇਅਰ ਕਰਨਾ ਹੈ ਔਰ ਯੋਮ-ਏ-ਇਫਤਾਰ ਮਨਾਣਾ ਹੈ بسم اللہ الرحمن الرحیم السلام علیکم ناظرین ਤੁਹਾਡਾ ਆਪਣਾ ਮੇਜ਼ਬਾਨ تنویر ਖਣ ਕਾਵਿਸ਼ ਤੁਹਾਡੀ خدمت ਹਾਜ਼ਰ ਹੈ ਅੱਜ ਆਪਣੇ ਨਾਜ਼ਰੀਨਾਂ ਨੂੰ ਇੱਕ ਛੋਟਾ ਜਿਹਾ ਪੇਗਾਮ ਦੇਣਾ ਕਿ ਦੋਸਤੋ ਮਾਸ਼ਾਅੱਲਾ ਕਾਫੀ ਦਿਨਾਂ ਤੋਂ ਅਸੀਂ ਇੱਕ ਮਹਿੰਮ ਸਮਝ ਲਓ ਕਿ ਜਿੰਨੇ ਵੀ ਸਾਡੇ ਯੂਟਿਊਬਰ ਨੇ ਖਾਸ ਕਰਕੇ ਸਭ ਯੂਟਿਊਬਰ ਦੋਸਤਾਂ ਨੇ ਨਾ ਇੱਕ ਮਹਿੰਮ ਕੈਲੋ ਕਿ ਚਲਾਈ ਹੈ ਕਿ ਯਾਰ ਪੂਰੀ ਦੁਨੀਆ ਤੇ ਅਗਰ ਜਿੱਥੇ-ਜਿੱਥੇ ਵੀ ਸਾਡੀ ਆਵਾਜ਼ ਸੁਣੀ ਜਾਂਦੀ ਆ ਜਾਂ ਸਾਡੇ ਕੋਈ ਮੁਸਲਮਾਨ ਭਰਾ ਨੇ ਅਸਾਂ ਸਾਡਾ ਇੱਕ ਪੇਗਾਮ ਆ ਛੋਟਾ ਜਿਹਾ ਕਿ ਤੁਸੀਂ ਆਪਣਾ 20 ਰਮਜ਼ਾਨੁਲ ਮੁਬਾਰਕ ਨੂੰ ਆਪਣੀ ਇਫਤਾਰੀ ਸ਼ੇਅਰ ਕਰਨੀ ਆ ਕਿਸੇ ਦੂਸਰੇ ਬੰਦੇ ਨਾਲ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਮੁਸਾਫਰ ਹੈ ਚਾਹੇ ਤੁਹਾਡਾ ਕੋਈ ਦੋਸਤ ਹੈ ਮਿਸਾਲ ਹੈ ਕਿ ਅਗਰ ਤੁਹਾਡੇ ਕੋਲ ਤੁਸੀਂ 4-500 ਰੁਪਏ ਦਾ ਖਰਚਾ ਕਰਦੇ ਹੋ ਨਾ ਇਫਤਾਰੀ ਤੇ ਤੁਸੀਂ ਆਪਣੇ 4-500 ਜੀ 200 ਰੁਪਏ ਦੀ ਤੁਸੀਂ ਖੁਦ ਇਫਤਾਰੀ ਕਰੋ 200 ਰੁਪਏ ਦੀ ਤੁਸੀਂ ਕਿਸੇ ਦੋਸਤ ਨੂੰ ਕਿਸੇ ਗਰੀਬ ਨੂੰ ਇਫਤਾਰੀ ਕਰਵਾਓ ਇਹ ਸਾਡਾ ਪੇਗਾਮ ਹੈ ਕਿ ਜਿੰਨੇ ਵੀ ਸਾਡੇ ਮੁਸਲਮਾਨ ਪੂਰੀ ਦੁਨੀਆ ਦੇ ਜਿੱਥੇ ਜਿੱਥੇ ਸਾਡੀ ਆਵਾਜ਼ ਸੁਣਦੇ ਪਏ ਨੇ ਜ਼ਰੂਰ ਅਮਲ ਕਰਿਓ ਯਾਰ ਔਰ 20 ਰਮਜ਼ਾਨ ਨੂੰ ਅਸਾਂ ਇੱਕ ਦਿਨ ਡਿਸਾਈਡ ਕੀਤਾ ਬਾਅਦ ਚ ਵੀ ਤੁਸੀਂ ਕਰ ਸਕਦੇ ਹੋ ਪਹਿਲੇ ਵੀ ਕਰ ਸਕਦੇ ਹੋ ਲੇਕਿਨ 20 ਤਰੀਕ ਨੂੰ ਜਿੰਨੇ ਵੀ ਦੋਸ ਹੋ ਸਕੇ ਅਗਰ ਤੁਸੀਂ ਇਫਤਾਰੀ ਕਰਾਓ ਇੱਕ ਦੂਸਰੇ ਨਾਲ ਆਪਣੀ ਜਿਹੜੀ ਆ ਇਫਤਾਰੀ ਸ਼ੇਅਰ ਕਰੋ ਆਪਣਾ ਖਾਣਾ ਪੀਣਾ ਜਿਹੜਾ ਸ਼ੇਅਰ ਕਰੋ ਔਰ ਬੜਾ ਮਜ਼ਾ ਆਏਗਾ ਔਰ ਬੜੀ ਖੁਸ਼ੀ ਹੁੰਦੀ ਆ ਕਿਸੇ ਨਾਲ ਆਪਣਾ ਖਾਣ ਪੀਣ ਸ਼ੇਅਰ ਕਰਕੇ ਔਰ ਕਿਸੇ ਦਾ ਰੋਜ਼ਾ ਇਫਤਾਰ ਕਰਵਾਓਗੇ ਤੁਸੀਂ ਔਰ ਉਹਦਾ ਸਵਾਬ ਵੀ ਹੁੰਦਾ ਔਰ ਇੱਕ ਦੁਨੀਆ ਨੂੰ ਪੇਗਾਮ ਮਿਲੇਗਾ ਕਿ ਯਾਰ ਮੁਸਲਮਾਨ ਜਿਹੜੇ ਨੇ ਕਿੰਨੇ ਰਿਸਪੈਕਟ ਕਰਦੇ ਨੇ ਔਰ ਇਹਨਾਂ ਚ ਜਜ਼ਬਾ ਕਿੰਨਾ ਮੁਹੱਬਤ ਕਿੰਨੀ ਆ ਕਿ ਆਪਣੇ ਤੋਂ ਜਿਹੜਾ ਗਰੀਬ ਬੰਦਾ ਹੁੰਦਾ ਜਾਂ ਆਪਣਾ ਦੋਸਤ ਹੈ ਕਿਸੇ ਵੀ ਤਰ੍ਹਾਂ ਤੁਸੀਂ ਕਿਸੇ ਵੀ ਆਪਣੇ ਕੋਈ ਮੁਸਾਫਰ ਹੈ ਕੋਈ ਅਗਰ ਤੁਹਾਡੇ ਰੋਡ ਤੋਂ ਦੀ ਕੋਈ ਗੱਡੀਆਂ ਗੁਜ਼ਰਦੀਆਂ ਪਈਆਂ ਨੇ ਤੁਸੀਂ ਮਗਰਬ ਦਾ ਟਾਈਮ ਆ ਰੋਜ਼ਾ ਇਫਤਾਰੀ ਦਾ ਟਾਈਮ ਆ ਤੁਸੀਂ ਉਹਨਾਂ ਦੇ ਰੋਜ਼ੇ ਇਫਤਾਰ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਚਾਹੇ ਉਹ ਥੋੜੀ ਚੀਜ਼ ਨਾ ਚਾਹੇ ਉਹ ਬਹੁਤੀ ਚੀਜ਼ ਨਾ ਜਿੰਨਾ ਜਿੰਨਾ ਕਿਸੇ ਨੂੰ ਤਾਫੀਕ ਹੈ ਆਪਣੀ ਤਾਫੀਕ ਦੇ ਮੁਤਾਬਕ ਤੁਸੀਂ ਜ਼ਰੂਰ ਰੋਜ਼ਾ ਇਫਤਾਰ ਕਰਵਾਓ ਆਪਣੀ ਇਫਤਾਰੀ ਸ਼ੇਅਰ ਕਰੋ ਦੂਸਰੇ ਦੋਸਤਾਂ ਨਾਲ ਦੂਸਰੇ ਆਪਣੇ ਭੈਣ ਭਰਾਵਾਂ ਨਾਲ ਜਿਸ ਤਰ੍ਹਾਂ ਕਿ ਸਾਡੇ ਨਿਊਯਾਰਕ ਸਾਬਰ ਭਾਈ वो भी बार बार यही मैसेज दे रहे हैं खुद भी सुनो सलाम्कम्ला वरक दोस्तों क्या हाल चाल है ठीक ठाक हैं तो आपने क्या करना है ट्वीनियत रमज़ान को आपने अपना फूड शेयर करना है और योम अवतार मनाना है और आपको पता है तनवीर भाई के चैनल को आपने सपोर्ट भी करना है और ये जो मैं कह रहा हूँ ट्वेनियत रमज़ान को आपने फूड शेयर करना है जैसे भी कर सकते हैं वीडियो शेयर करें اپنی طرف سے ویڈیو بنائیں کوئی بھی جو بھی کام کر سکتے ہیں اپ کریں جزاک اللہ جی دوستو صابر بھائی دی گل بات سنیے تساں ماشاءاللہ امید کرنا اللہ تعالی دے گھر چ کہ میرے جننے بھی مسلمان دوست بھرا نے اور اگر دوسرے بھی دیکھو اگر دیکھو دوسرے مذہب بھی دیکھا میں اکثر بنیاں ویڈیو ہی دیکھنا کہ وہ بھی افطاری کرواندے نے مسلم لوکاں دی اگر جس جس بندے نوں تفق ہے نا بھائی پوری دنیا دے او 20 رمضان الو مبارک جڑا نا ਆ ਆਪਣੇ ਸਾਡੇ ਜਿਹੜੇ ਦੋਸਤ ਸਾਰੇ ਨੇ ਡਿਸਾਈਡ ਕੀਤਾ ਕਿ 20 ਰਮਜ਼ਾਨ ਮੁਬਾਰਕ ਇੱਕ ਐਸਾ ਦੇਣਾ ਕਿ ਇਸ ਦਿਨ ਅਸੀਂ ਸਭ ਦੋਸਤਾਂ ਦੀ ਇਫਤਾਰੀ ਕਰਾਵਾਂਗੇ ਆਪਣੀ ਇਫਤਾਰੀ ਸ਼ੇਅਰ ਕਰਨੀ ਆ ਮੈਂ ਜਿੰਨੀ ਮੈਨੂੰ ਤਾਕੀਕ ਆ ਮੈਂ ਉਹਨੇ ਬੰਦੇ ਨਾਲ ਸ਼ੇਅਰ ਕਰ ਸਕਣਾ ਔਰ ਦੂਸਰੇ ਨੰਬਰ ਤੇ ਗੱਲ ਆ ਕਿ ਅਗਰ ਤੁਸੀਂ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ ਤਾਂ ਵੈਲਕਮ ਅਗਰ ਨਹੀਂ ਕਰ ਸਕਦੇ ਫਿਰ ਵੀ ਵੈਲਕਮ ਕੋਈ ਮਸਲਾ ਨਹੀਂ ਹੈ ਐਵੇਂ ਚ ਕੋਈ ਮਸਲਾ ਨਹੀਂ ਹੈ ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਜੀ ਦੇਖੋ ਇਫਤਾਰੀ ਕਰਵਾ ਕੇ ਨਾ ਦਿਖਾਵਾ ਕਰਦੇ ਪੈਣ ਕਿਉਂਕਿ ਹਰ ਬੰਦੇ ਦਾ ਮਾਈਂਡ ਆਪਣਾ ਆਪਣਾ ਅਲੱਗ-ਅਲੱਗ ਆ ਹਰ ਬੰਦਾ ਆਪਣੀ ਸੋਚ ਦੇ ਮੁਤਾਬਕ ਸੋਚਦਾ ਐਸ ਲਈ ਜਿਸ ਨੂੰ ਅੱਛਾ ਲੱਗਦਾ ਉਹ ਵੀਡੀਓ ਬਣਾ ਕੇ ਅਪਲੋਡ ਕਰ ਦੇ ਅਗਰ ਤੁਹਾਡਾ ਜਿਹਦਾ ਤੁਸੀਂ ਰੋਜ਼ਾ ਇਫਤਾਰ ਕਰਵਾ ਰਹੇ ਹੋ ਅਗਰ ਉਹ ਨਹੀਂ ਮੰਨਦਾ ਕਿ ਮੇਰੀ ਵੀਡੀਓ ਨਾ ਬਣਾਓ ਤਾਂ ਨਾ ਬਣਾਓ ਕੋਈ ਮਸਲਾ ਨਹੀਂ ਕਿਉਂਕਿ ਇਸ ਚੀਜ਼ ਦਾ ਅਜਰ ਤੁਸਾਂ ਲੈਣਾ ਸਿਰਫ ਅੱਲਾਹ ਤਾਲਾ ਕੋਲੋਂ ਬਾਕੀ ਬਣਾ ਕੇ ਵੀਡੀਓ ਅਪਲੋਡ ਕਰਨ ਦਾ ਸਾਡਾ ਸਿਰਫ ਇਹ ਮਕਸਦ ਹੈ ਕਿ ਚਲੋ ਸਾਡੇ ਦੂਸਰੇ ਲੋਕਾਂ ਨੂੰ ਜਿਹੜਾ ਨਾ ਹੌਸਲਾ ਵਸਾਈ ਹੁੰਦੀ ਆ ਪਤਾ ਲੱਗਦਾ ਕਿ ਯਾਰ ਇਹ ਦੋਸ ਜਿਹੜੇ ਨੇ ਇਹ ਕੰਮ ਕਰਦੇ ਪਏ ਨੇ ਅੱਛਾ ਕੰਮ ਕਰਦੇ ਪਏ ਨੇ ਕੁਝ ਲੋਕ ਗਲਤ ਸਮਝਦੇ ਨੇ ਲੇਕਿਨ ਐ ਕਿ ਅਗਰ ਕੋਈ ਭਾਈ ਚਾਹੇ ਤੇ ਉਹ ਵੀਡੀਓ ਬਣਾ ਕੇ ਅਪਲੋਡ ਕਰੇ ਅਗਰ ਨਹੀਂ ਬਣਾ ਕੇ ਅਪਲੋਡ ਕਰ ਸਕਦਾ ਤਾਂ ਕੋਈ ਮਸਲਾ ਨਹੀਂ ਕੋਈ ਫੇਸਬੁੱਕ ਇੰਸਟਾਗ੍ਰam ਤੇ ਤਸਵੀਰਾਂ ਸ਼ੇਅਰ ਕਰ ਸਕਦਾ ਕਰੇ ਨਹੀਂ ਕਰ ਸਕਦਾ ਫਿਰ ਵੀ ਕੋਈ ਗੱਲ ਨਹੀਂ ਲੇਕਿਨ ਉਮੀਦ ਕਰਨਾ ਕਿ ਇਨਸ਼ਾ ਅੱਲਾਹ ਤਾਲਾ ਮੇਰੇ ਮੇਰੀ ਆਵਾਜ਼ ਜਿਹੜੇ ਜਿਹੜੇ ਲੋਕ ਸੁਣਦੇ ਪਏ ਨੇ ਉਹਨਾਂ ਨੂੰ ਅੱਲਾਹ ਤਾਲਾ ਤਾਫੀਕ ਦੇ ਉਹ ਜ਼ਰੂਰ ਆਪਣੇ ਇਫਤਾਰੀ ਕਰਵਾਇਓ ਵੀ ਰਮਜ਼ਾਨੋ ਮੁਬਾਰਕ ਨੂੰ ਔਰ ਆਪਣੀ ਇਫਤਾਰੀ ਸ਼ੇਅਰ ਕਰਕੇ ਦੇਖੋ ਇਨਸ਼ਾ ਅੱਲਾਹ ਤਾਲਾ ਤੁਹਾਡੇ ਦਿਲ ਨੂੰ ਸਕੂਨ ਮਿਲੇਗਾ ਬੜੀ ਖੁਸ਼ੀ ਹੋਏਗੀ ਲੇਕਿਨ ਯਾਰ ਪੇਗਾਮ ਹੈ ਕਿ ਇਲਤਜਾ ਹੈ ਕਿ ਕੋਸ਼ਿਸ਼ ਕਰੋ ਕਸਨ ਸੇ ਬੜਾ ਮਜ਼ਾ ਆਏਗਾ ਬੜੀ ਖੁਸ਼ੀ ਹੋਏਗੀ ਤੁਹਾਨੂੰ ਔਰ ਬੜਾ ਆਪਣੇ ਜ਼ਿਹਨੀ ਸਕੂਨ ਹੁੰਦਾ ਕਹਿ ਲੋ ਕਿ ਰੂਹ ਨੂੰ ਸਕੂਨ ਮਿਲਦਾ ਕਿਸੇ ਨਾਲ ਕਿਸੇ ਗਰੀਬ ਨਾਲ ਕਿਸੇ ਵੀ ਯਾਰ ਮਸਾਫਰ ਨਾਲ ਕਿਸੇ ਵੀ ਤਰ੍ਹਾਂ ਕਿਸੇ ਦੋਸਤ ਨਾਲ ਆਪਣਾ ਖਾਣਾ ਪੀਣਾ ਸ਼ੇਅਰ ਕਰਕੇ ਔਰ ਰਮਜ਼ਾਨ ਮੁਬਾਰਕ ਤੇ ਇਫਤਾਰੀ ਕਰਵਾ ਕੇ ਤੇ ਦੋਨਾ ਸਵਾਬ ਆ ਹਰ ਚੀਜ਼ ਦਾ ਡਬਲ ਸਵਾਬ ਮਿਲਦਾ ਬਾਕੀ ਉਮੀਦ ਕਰਨਾ ਕਿ ਇਨਸ਼ਾ ਅੱਲਾਹ ਤਾਲਾ ਮੇਰੇ ਭਰਾ ਜਿੱਥੇ ਜਿੱਥੇ ਵੀ ਆਣੇ ਜ਼ਰੂਰ ਅਮਲ ਕਰਨਗੇ ਔਰ ਇਨਸ਼ਾ ਅੱਲਾਹ ਤਾਲਾ ਤੁਹਾਡਾ ਭਰਾ ਵੀ ਇਹਦੇ ਤੇ ਅਮਲ ਕਰੇਗਾ ਅਸੀਂ ਵੀ ਵੀ ਇਹ ਵੀ ਰਮਜ਼ਾਨ ਮੁਬਾਰਕ ਨੂੰ ਇਨਸ਼ਾ ਅੱਲਾਹ ਤਾਲਾ ਇਫਤਾਰੀ ਕਰਾਵਾਂਗੇ ਆਪਣੀ ਤਾਫੀਕ ਦੇ ਮੁਤਾਬਕ ਬਾਕੀ ਅਗਰ ਸਾਡਾ ਪੇਗਾਮ ਅੱਛਾ ਲਗੇ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਕਰੋ ਆਪਣੇ ਦੋਸਤਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਹੋ ਸਕਦਾ ਕਿ ਕਿਸੇ ਟਾਈਮ ਕਿਸੇ ਦੇ ਜ਼ਿਹਨ ਚ ਨਹੀਂ ਗੱਲਾਂ ਦੀ ਕੋਈ ਵੀਡੀਓ ਦੇਖ ਕੇ ਜ਼ਿਹਨ ਚ ਗੱਲ ਆ ਜਾਂਦੀ ਆ ਅਸਲੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਹਾਂ ਦੂਸਰੇ ਨੰਬਰ ਤੇ ਅਗਰ ਅਗਰ ਮੇਰੇ ਇਲਾਕੇ ਚੋਂ ਕੋਈ ਮੇਰੇ ਨਾਲ ਰਲ ਕੇ ਇਫਤਾਰੀ ਕਰਵਾਉਣਾ ਚਾਹੁੰਦਾ ਭਾਈ ਜੀ ਸਤ ਬਿਸਮਿਲਲਾ ਅਸੀਂ ਰਲ ਕੇ ਵੀ ਇਫਤਾਰੀ ਕਰਾਵਾਂਗੇ ਇਨਸ਼ਾ ਅੱਲਾਹ ਤਾਲਾ ਬਾਕੀ ਆਪਣੀਆਂ ਦੁਆਵਾਂ ਜੀ ਯਾਦ ਰੱਖਿਓ ਆਪਣੇ ਤਨਵੀਰ ਖਣਕਾਵਿਸ਼ ਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼